ਗਰੀਟਿੰਗਸ ਵੰਡਰਫੁਲ ਆਡੀਅנס ਅਮਰਜੀਤ ਹियर ਫਰਮ ਅਮਰਪੀਟੀਈ ਕਲਾਸਿਸ ਅੱਜ ਮੈਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਇਸ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦਾ ਮੇਨ ਇਸ਼ੂ ਕੀ ਹੈਗਾ ਕਿ ਕਈ ਵਾਰ ਜਿਹੜੀ ਤੁਹਾਡੀ ਸਕੋਰ ਦੀ ਰਿਕੁਆਇਰਮੈਂਟ ਹੁੰਦੀ ਹੈ ਫੋਰ ਐਗਜ਼ਾਮਪਲ ਜੇ ਤੁਹਾਨੂੰ 60 ਓਵਰਆਲ ਚਾਹੀਦਾ ਹੈ ਔਰ ਤੁਹਾਡੀ ਜਿਹੜੀ ਪਲੈਨਿੰਗ ਹੈਗੀ ਹੈ 65 ਇਨ ਈਚ ਤਾਂ ਉਹਦੇ ਵਿੱਚ ਕ੍ਰਾਈਟੇਰੀਆ ਕੀ ਹੁੰਦਾ ਹੈ ਕਿ ਤੁਹਾਡੀਆਂ ਜਿਹੜੀਆਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਨੇ ਜਾਂ ਫਿਰ ਰੀਡਿੰਗ ਫਿਲਿੰਗ ਦਾ ਬਲੈਂਕਸ ਨੇ ਸੋ ਉਹਦੇ ਵਿੱਚ ਤੁਹਾਡੀਆਂ 3 ਤੋਂ 4 ਬਲੈਂਕਸ ਕਰੈਕਟ ਹੋਣੀਆਂ ਚਾਹੀਦੀਆਂ ਨੇ ਜੇ ਤੁਸੀਂ 65 ਲਈ ਅਪਰੋਚ ਕਰ ਰਹੇ ਹੋ ਜਾਂ ਫਿਰ ਤੁਸੀਂ 60 ਲਈ ਅਪਰੋਚ ਕਰ ਰਹੇ ਹੋ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੋਟਿਵ ਸਿਰਫ ਇੰਨਾ ਹੈਗਾ ਕਿ ਮੋਸਟ ਆਫ ਦੀ ਟਾਈਮ ਦੋ ਜਾਂ ਤਿੰਨ ਬਲੈਂਕਸ ਦੇ ਆਨਸਰ ਜਿਹੜੇ ਹੁੰਦੇ ਨੇ ਰੀਡਿੰਗ ਐਂਡ ਰਾਈਟਿੰਗ ਦੇ ਕੇਸ ਦੇ ਵਿੱਚ ਉਹ ਕਲੀਅਰ ਹੁੰਦੇ ਨੇ ਮੀਨਸ ਤੁਸੀਂ ਕਿਹੜੀਆਂ ਬਲੈਂਕਸ ਨੂੰ ਚੂਜ਼ ਕਰਨਾ ਹੈ ਸੋ ਪਲੱਸ ਕਿਹੜੀਆਂ ਬਲੈਂਕਸ ਦੇ ਪੈਰਾਗ੍ਰਾਫ ਦੇ ਵਿੱਚ ਹੀ ਤੁਹਾਡੇ ਕੋਲ ਆਨਸਰਸ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਹੀ ਟਿਪਸ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਜਿਹੜੇ ਉਹ ਆਨਸਰਸ ਨੇ ਵਿਥਿਨ ਦੀ ਪੈਰਾ फाइंड आउट करने ने। सो आज डिस्कस करते हैं सो आज का जो टॉपिक है क्वेश्चन टेस्ट है रीडिंग एंड राइटिंग फिलिंग ब्लैंक्स, सो तीस अपने आंसर्स भी चूज करने ने सो आप मैच करोंगे कि थोड़े आंसर्स भी सही ने या फिर किमें अपन जीडिंग एंड रॉटिंग फिलिंग का ब्लैंक्स ने कि इंपरूव कर सद विदउट वेस्टिंग ऑफ टाइम लैट स्टार्ट ਸੋ ਇਹ ਫਰਸਟ ਪੈਰਾਗ੍ਰਾਫ ਹੈ 5 ਕੁਐਸ਼ਨਸ ਨੇ ਕੁਐਸ਼ਨ ਟੈਸਟ ਹੈ ਸੋ ਪਹਿਲਾ ਜਿਹੜਾ ਮੇਰਾ ਤੁਹਾਨੂੰ ਸੁਜੈਸ਼ਨ ਹੈਗੀ ਹੈ ਕਿ ਤੁਸੀਂ ਪਹਿਲਾਂ ਪੂਰੇ ਪੈਰਾਗ੍ਰਾਫ ਨੂੰ ਇੱਕ ਵਾਰ ਜ਼ਰੂਰ ਪੜ੍ਹਨਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਪੈਰਾਗ੍ਰਾਫ ਦੇ ਵਿੱਚ ਹੀ ਤੁਹਾਡੇ ਆਨਸਰਸ ਹੁੰਦੇ ਨੇ ਸੋ ਅੱਜ ਦਾ ਕੁਐਸ਼ਨ ਟੈਸਟ ਵੀ ਉਸੇ ਤੋਂ ਰਿਲੇਟਡ ਹੈ ਸੋ ਤੁਸੀਂ ਜੜਾ ਜ ਸਿਰਫ ਸਕੈਨਿੰਗ ਕਰਨੀ ਹੈ ਪੈਰਾਗ੍ਰਾਫ ਦੀ ਤੁਸੀਂ ਡੀਪਲੀ ਨਹੀਂ ਜਾਣਾ ਕਿਉਂਕਿ ਕਈ ਵਾਰ ਤੁਹਾਨੂੰ ਆਪਸ਼ਨਸ ਦੇ ਵਿੱਚ ਐਤੇ ਆਨਸਰਸ ਪਈ ਹੁੰਦੇ ਨੇ ਸੋ ਮੈਂ ਵੀ ਸਿਰਫ ਇਹਦੀ ਸਕੈਨਿੰਗ ਕਰ ਰਹੀ ਹਾਂ ਯੂਜ਼ਿੰਗ ਅ ਕੰਬੀਨੇਸ਼ਨ of scuba gear and remotely operated vehicles marine biologists in california more than 1400 corals from the ocean surface the samples look identical and their internal structures were indistinguishable in scanning electron microscope images Yet there, their full genetic books reveal the corals had diverged million of years ago. They made sense for one of the species in the Red Sea Gulf of Akuba, which was geographically separated from the others. But other three newly species lived together on the same reefs on the water of South Asia. If the corals were living together, why didn't one overtake the other two? The team wondered. Examining habitat data from their dives, the researchers found. three distinct coral species so ਇਹਦੇ ਵਿੱਚ ਕੀ ਹੈਗਾ ਸੋ ਆਪਾਂ ਪਹਿਲਾਂ ਫਰਸਟ ਬਲੈਂਕ ਤੇ ਆਉਨੇ ਆ ਯੂジング ਅ ਕੰਬੀਨੇਸ਼ਨ ਆਫ ਥਿਸ অপারেਟਿਡ ਵਾਈਕਲਸ ਮਰੀਨ ਬਾਇਓਲੋজিস্ট ਇਨ ਕੈਲੀਫੋਰਨੀਆ ਹੁਣ ਇੱਥੇ ਆਪਣੇ ਕੋਲ ਹੈਗਾ ਸੈਂਪਲਡ ਸਟੈਪਲਡ ਰੰਪਲਡ ਐਂਡ ਟ੍ਰਿਪਲ ਸੋ ਤੁਹਾਡੇ ਕੋਲ ਜਿਹੜੀ ਪਹਿਲੀ ਬਲੈਂਕ ਹੈਗੀ ਆ ਉਸ ਦਾ ਜਿਹੜਾ ਆਨਸਰ ਹੈਗਾ ਉਹ ਸੈਕੰਡ

ਸੋ ਨੈਕਸਟ ਆਉਨੇ ਆਪਾਂ ਯੈਟ ਦੇ ਜੀਨੋਮਸ देयर ਫੁੱਲ ਜੈਨੇਟਿਕ ਬੁక్స్ ਸੋ ਇੱਥੇ ਬੁਕਸ ਦੀ ਗੱਲ ਹੋ ਰਹੀ ਹੈ ਬੁਕਸ ਰਿਵੀਲ ਕਰ ਰਹੀਆਂ ਨੇ ਕੋਰਲਸ ਹੈਵ ਡਾਈਵਰਸਡ ਮਿਲੀਅਨ ਆਫ ইयर्स ਅਗੋ ਸੋ ਬੁਕਸ ਤੋਂ ਰਿਲੇਟਡ ਕੀ ਹੈਗਾ ਇੱਥੇ ਡਿਸਟ੍ਰਕਸ਼ਨ ਕੰਸਟਰਕਸ਼ਨ ਆਬਸਟਰਕਸ਼ਨ ਐਂਡ ਇਨਸਟਰਕਸ਼ਨ ਸੋ ਜਿਹੜੀਆਂ ਬੁੱਕਸ ਨੇ ਉਹਦੇ ਵਿੱਚ ਡਿਸਟਰਕਸ਼ਨ ਤੋਂ ਰਿਲੇਟਡ ਕੋਈ ਪੈਰਾਮੀਟਰ ਨਹੀਂ ਹੈਗਾ ਉਹਦੇ ਨਾਲ ਜਿਹੜਾ ਵਰਡ ਹੈ ਉਹਦਾ ਐਡਜੈਕਟਿਵ ਜਿਹੜਾ ਬੁੱਕਸ ਦਾ ਆਪਾਂ ਕਹਿ ਸਕਦੇ ਆ ਕੰਸਟਰਕਸ਼ਨ ਬੁੱਕਸ ਨਹੀਂ ਹੋਣਗੀਆਂ ਆਬਸਟਰਕਸ਼ਨ ਬੁੱਕਸ ਨਹੀਂ ਹੋਣਗੀਆਂ ਸੋ ਸੈਕਿੰਡ ਬਲੈਂਕ ਦਾ ਆਨਸਰ ਵੀ ਤੁਸੀਂ ਈਜ਼ਲੀ ਗੈਸ ਕਰ ਸਕਦੇ ਹੋ ਇਨਸਟਰਕਸ਼ਨ बुक्स क्योंकि बुक्स की एस, इस चीज रही सो वेस्टिंग थर्ड ब्लैंक बट थ्री न्यूली हम स्पीशीज लिव टूगैदर ऑन द सेम रीव इन दॉटर ऑफ साउथ एशिया सो आइडेंटिफाइड स्पीशीज सर्टिफाइड स्पीशीज फॉर्फ द्रिफ इनकेस जो थोड़ा मीनिंग नहीं पता सर्टिफाइड मीनस किसी चीज़ की सर्टिफिकेशन हैगी है फोर्टिफाइड है. आप यूज करते हैं स्ट्रेंथ के लिए सो ग्रैटिफाइड आप यूज करते हैं सैटिस्फैक्शन सो जी स्पीशीज की गल हो रही है उन्हें क्या कि यह स्पीशिज ने सो आइडेंटिफाइड स्पीशीज उन्हें क्या अदर थ्री न्यूली उन्होंने की करके आइडेंटिफाइड करइडेंटिफाइड स्पीशिज होना तिना कोई भी वर्ड स्पीशिज के नहीं जाता सो इत थर्ड प्लैंक आएगा आइडेंटिफाइड स्पीशिज सो नैक्सट हैगा एग्जामिन हैबिटेड डाटा फ्रॉम अदर डाइव द रिसर्च फाउंड थ्री डिस्टिंक्ट सो डिस्टिंक्ट कोरल स्पीशिज डिफरेंट वॉटर डेप्स सो इत अपने को हैगा एंड एंड सो so, अगर आप एंडेवर की गल करिए क्योंकि उन्हें कहा कि डिफरेंट वॉटर डेप्स ने विद वन अबेंडेंट इन टॉप टेन मीटर्स एंड अदर टू फ्लोरिशिंग डीपर डाउन सो एंडेवर मीन्स टू डू समथिंग सेवर्ड्स मीन्स टू एंजॉय फूड एंड मीन डिसलाइक सो फेवर्ड मीन्स

फेवर डिफरेंट वाटर डेप्स क्योंकि इन्होंने तिनाद का मीनिंग अगर तुम देखो तो इतने ईडी फॉर्म ही आएगी बट सार बलैंक के नी जी ऑप्शन हैगी है ईडी की हैगी है सो जी थोड़े को जा रही है वह की आ रही है फेवर्ड फेवर्ड मीनस लाइक लाइक करना किसी चीज़ नो इत so आ गया अपना फोर्थ ब्लैंक सो यू कैन चैक यूअर आंसर फर्स्ट वन इज सैम्पल्ड इंस्ट्रक्शन आडेंटिफाइड एंड फेवर Next question. Next is atomic nuclei. Come in a dizzying number of varieties. First, you have to scan the paragraph. Scientists have discovered 118 chemical elements by the number of protons in their nuclei. Each of those elements has a variety of isotopes, different versions of the element formed by switching up the number of neutrons inside the nucleus. Scientists have predicted the dash of about 8,000 isotopes of known elements, but only about 3,300 3, 300 have made an appearance in detectors researchers expect will make a dent in the missing isotopes it may identify 80 percent of possible isotopes next line the most familiar nuclei are those of the roughly 250 isotopes that are stable they don't to other types of atoms and in the last line the number following the element's name the total number of protons and neutrons in the nucleus so in nucleus proton the neutrons toliterated paragraph hai ga so apna first blank te vich aunde ha अटोमिक न्यूकली कम इन अ डिजिंग नंबर ऑफ वराइटिज मीनस नंबर ऑफ वराइटीज ने सैंटिस्ट हैव डिस्कवर्ड सैंटिस्ट ने जो डिस्कवर किया वन हंड्रेड एटीन कैमिकल एलीमेंट्स बाय द नंबर ऑफ प्रोटोन इन दियर न्यूक्लाई सो साडे को जी फस्ट ब्लैंक हैगी है ऑप्शनस ने एंगुविश well quest languaged and distinguished so distinguished the answer ਤੁਹਾਡੇ ਕੋਲ ਇੱਥੇ ਪਿਆ ਜੇ ਤੁਸੀਂ ਧਿਆਨ ਨਾਲ ਇਸ ਪੈਰਾਗ੍ਰਾਫ ਨੂੰ ਰੀਡ ਕੀਤਾ ਹੋਵੇਗਾ ਸਾਡੇ ਕੋਲ ਇੱਥੇ ਕੀ ਪਿਆ ਡਿਫਰੈਂਟ ਵਰਜਨਸ ਆਫ ਦੀ ਐਲੀਮੈਂਟ ਈਚ ਆਫ ਦੋਸ ईच ऑफ दो मीन बहुत सारे एलिमेंट्स होंगे हैज अ वराइटोटोप वेगी सो डिफरेंट वर्जन ऑफ डिफरेंशिएट कर रहे हो सो इतनी गैस कर सकते हो फ्रॉम दिस कि ऑप्शन आएगा वो की आएगा डिस्टिंग नैक्सट इज नंबर ऑफ न्यूट्रॉनस इनसाइड द न्यूक्अस नाओ सैंटिस्ट है डैश so नाउ इथे द है सो इत की आएगा? अपने को बटनिंग जज कर सकते हो उन्हें क्या कि जेडे सैंटिस्ट ने उन्होंने प्रडिक्ट कि जट थाउजेंड आइसोटोप्स ने उन्होंने एलीमेंट्स ने नोन ने बट जे थ्री थाउजेंड थ्री हंडरड्स ने उन्होंने एक अपेयरेंस हैगी इन द डिटेक्टर्स सो अगर नोन ने मीनस करते हैं एगजिस्ट करते हैं नॉन एगजिस्टेंस की तो गल नहीं होगी कंसिटेंस होंगे किम क्वानीन्यूसली कर रहे हो कंसिसटेंटली कर रहे हो सो so, इत की आएगा एगजिसटेंस इतों चैक कर सकते हो कि एने वो नॉन एली

पोटेबल शोशेबल सो अगर मीनिंग्स नहीं। पोटेबल्स मीनस जो चीज ईजली कैरी कर सकते हो शोशलेबल मीनस जो शोशलाइज हैगी है कोटेबल भी इतने सूट नहीं करेगा सो साइजेबल का आंसर भी थोड़े को इतने उन्हें लिखे इट मे आइडेंटिफाई एटी परसेंट ऑफ द पॉसिबल आइसोटोप ए परसेंट ऑफ पॉसिबल आइसोटोप्स सो इतेंटेज है

आइटम्स फर्स्ट वन इज द डेके नैक्सट इज दैन एरे दैन फॉरे सो एरे होंगे कि अपने कोलिमेंट्स होंगे ऑफ सिमिलर टाइप्स अगर आप करिए दैन इट इज टू मूव अवे फॉरे टू डू समथिंग सो डेके मीनस टू डिकलाइन टू लूज समथिंग टू डिकलाइन समथिंग सो इत की डोंट टू अदर टाइप ऑफ आइटम्स सो इत कि लूज नहीं करते डिकलाइन नहीं करते क्योंकि ने डोंट वर्ड यूज किया है सो so, अगर आप लास्ट लाइन की गल करिए नंबर फॉलोविंग एलिमेंट्स नेम ਸੋ ਜਿਹੜਾ ਨੰਬਰ ਹੈਗਾ ਉਹ ਐਲੀਮੈਂਟ ਨੇਮ ਨੂੰ ਫਾਲੋ ਕਰਦਾ ਹੈ ਦੀ ਟੋਟਲ ਨੰਬਰ ਆਫ ਪ੍ਰੋਟੋਨਸ ਐਂਡ ਨਿਊਟ੍ਰੋਨਸ ਇਨ ਦੀ ਨਿਊਕਲੀਅਸ ਹੁਣ ਆਪਣੇ ਕੋਲ ਜਿਹੜੇ ਇੱਥੇ ਆਨਸਰਸ ਪਏ ਨੇ ਉਹਨਾਂ ਦਾ मीनिंग ਸੇਮ ਹੈ ਇੰਡੀਕੇਟ ਇੰਡੀਕੇਟ ਮੀਨਸ ਤੁਹਾਨੂੰ ਕਿਸੇ ਚੀਜ਼ ਤੋਂ ਕੁਝ ਪਤਾ ਲੱਗ ਰਿਹਾ ਉਹ ਚੀਜ਼ ਤੁਹਾਨੂੰ ਇੰਡੀਕੇਟ ਕਰ ਰਹੀ ਹੈ ਬਟ ਇੱਥੇ ਕੀ ਹੈ ਫਰਸਟ ਵਨ ਇਜ਼ ਦੀ ਇੰਡੀਕੇਟਸ ਨੈਕਸਟ ਇਜ਼ ਦੀ ਹੈਡ ਇੰਡੀਕੇਟਿਡ ਥਰਡ ਵਨ ਇਜ਼ ਦੀ ਇੰਡੀਕੇਟਿੰਗ ਐਂਡ ਲਾਸਟ ਵਨ ਇਜ਼ ਦੀ इंडीकेशन सो so, अगर आप सैकंड ब्लैंक आईए तो इतने अपने को हैड इंडीकेटड सो इत जी गल हुई है पूरे पैराग्राफ केव केई है दैन हैस हुई है, है कि भी पूरे पैराग्राफ के अपने कोड के गल नहीं हुई सो इंडीकेटिंग आई एन जी मीनस जो प्रेजेंटली चल रहा है जो हो रहा है सो so, इंडीकेटिंग भी नहीं आएगा इंडीकेशन मीन चीज तो इंडीकेशन मिल रही है बट इतने क्या कि नंबर फॉलोइंग नेम, वो जो नंबर हैमू फॉलो कर रहा है सो so वो की करेगा इंडीकेट इंडीकेट्स टोटल नंबर ऑफ प्रोटोन एंड न्यूट्रोन इन द्यूक्लियस सो करेक्ट ऑप्शन आर डिस्टिंग सैकेंड वन इज एगजिस्टेंस third one is sizeable sizeable ਤੁਹਾਨੂੰ ਪਰਸੈਂਟ ਤੋਂ ਪਤਾ ਲੱਗ ਰਿਹਾ ਡਿਸਟਿੰਗੁਇਸ਼ ਤੁਸੀਂ ਡਿਫਰੈਂਟ ਤੋਂ ਪਤਾ ਕਰ ਸਕਦੇ ਹੋ ਸਪੀਸੀਜ਼ ਦੇ ਵਿੱਚ ਉਹਨੇ ਕਿਹਾ ਕਿ ਇੰਨੀਆਂ ਨੌਨ ਨੇ ਬਟ ਇੰਨੀਆਂ ਸਿਰਫ ਅਪੀਅਰ ਹੋਈਆਂ ਨੇ ਤਾਂ ਉਹ ਕੀ ਹੋ ਗਿਆ ਐਗਜ਼ਿਸਟੈਂਸ ਐਂਡ ਫੋਰਥ ਵਨ ਇਜ਼ ਡੈਕੇ ਐਂਡ ਲਾਸਟ ਵਨ ਇਜ਼ ਇੰਡੀਕੇਟਸ ਕਲਿਕ ਔਨ ਦੀ ਨੈਕਸਟ ਬਟਨ ਨਾਓ ਦਿਸ ਇਜ਼ ਦੀ 3rd ਕੁਐਸਚਨ ਰੈਸ਼ਨਿੰਗ ਮੇ ਬੀ ਆਫ ਸੈਵਰਲ ਟਾਈਪਸ Rationing means to distribution of equities. First one is the informal rationing, which precedes the imposition of formal controls, may consist of to consumers to reduce their or of independent action taken by suppliers in allocating supplies. Rationing according to use prohibits the less important uses of a commodity. Rationing by quantity may limit the hours during the commodity is available or may assign quotas of a commodity to all known and approved claimants. Rationing by value limits the amount consumer may spend on commodities that cannot be. Next line. This system is employed during periods of critical and increasing shortages when individuals begin. Unrationed, derationed items, thereby spreading shortages, consumers in a rationed economy are usually to save by purchasing government bonds. Now, come on the first. First is rationing may be of several types. Rationing the types, the CNA, first one is the informal. इम्पोजिशन ऑफ फॉर्मल कंट्रोल मे कंसिस्ट ऑफ टू कंज्यूमर कंज्यूमर की गल हो रही है टू रिड्यूस देयर ऑर ऑफ इंडिपेंडेंट एक्शन टेकन बाय सप्लायर सो फर्स्ट इज presumption second is consumption third one is assumption and last one is subscription from consumer word or from independent action you can easily guess subscription will not go here consumers de naal subscription word koi bhi mention nahi ho raha koi odi suitable so, ya adjective nahi hai ga. next is the assumption bhi nahi hoega consumers de naal ki hoega consumption because here it is independent action taken by suppliers Now first one is the consumption. Now next line rationing may quantity may limit the hours. So at the hours the gall ho during the commodity is available or may assign quotes of a commodity to all known and approved claimants. So a time the apne upnikual options ne what? which where and when so ਇਹਨਾਂ ਦੇ मीनिंग्स ਤੁਹਾਨੂੰ ਕਲੀਅਰ ਹੁੰਦੇ ਨੇ ਬਟ ਤੁਹਾਡੇ ਕੋਲ ਹਮੇਸ਼ਾ ਕਨਫਿਊਜ਼ਨ ਹੁੰਦੀ ਹੈ ਕਿ ਤੁਸੀਂ ਕਿਹੜਾ ਚੂਜ਼ ਕਰਨਾ ਹੈ ਸੋ ਇੱਥੇ ਅਗਰ ਟਾਈਮ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਕੀ ਯੂਜ਼ ਕਰਾਂਗੇ ਕਿ ਉਹ ਕੁਆਂਟੀਟੀ ਹੈ ਜਿਹੜੀ ਲਿਮਿਟ ਕਰਦੀ ਹੈ ਆਵਰਸ ਦੇ ਵਿੱਚ ਡਿਊਰਿੰਗ ਵਿੱਚ ਉਸ ਟਾਈਮ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ ਅਵੇਲੇਬਲ ਸੋ ਸੈਕੰਡ ਜਿਹੜੀ ਆਪਸ਼ਨ ਹੈ ਉੱਥੇ ਆਨਸਰ ਕੀ ਆਏਗਾ which ਨੈਕਸਟ ਇਸ Amount consumers may spend on commodities that cannot be standardized, propagandized, jeopardized, and subsidized. So, on thing is that consumers may spend.

Unrationed for Rationed Items, Instituting.

instituting word ਦਾ ਇੱਥੇ ਕੋਈ मीनिंग ਨਹੀਂ ਬਣ ਰਿਹਾ ਸੋ ਇੱਥੇ ਆਪਾਂ ਯੂਜ਼ ਕਰਾਂਗੇ ਸਬਸਟੀਟਿਊਟਿੰਗ ਕੰਜ਼ਿਊਮਰਸ ਇਨ ਅ ਰੈਸ਼ਨ ਇਕਨੋਮੀ ਆਰ ਯੂਸਲੀ ਟੂ ਸੇਵ ਬਾਈ ਪਰਚੇਸਿੰਗ ਗਵਰਨਮੈਂਟ ਨਾਓ ਇੱਥੇ ਆਪਣੇ ਕੋਲ ਹਮੇਸ਼ਾ ਬੱਚਿਆਂ ਨੂੰ ਕਨਫਿਊਜ਼ਨ ਹੋ ਸਕਦੀ ਹੈ ਜਦੋਂ ਬੱਚਿਆਂ ਨੂੰ ਡਿਫਿਕਲਟ ਵਰਡਸ ਆਉਂਦੇ ਨੇ ਫਰਸਟ ਵਨ ਇਜ਼ ਦੀ ਰਿਟਾਰਟਡ ਡਿਪੋਰਟਡ ਐਗਜ਼ੋਰਟਡ ਐਂਡ ਲਾਸਟ ਵਨ ਇਜ਼ ਦੀ ਡਿਸਟਾਰਟਡ ਸੋ ਇੱਥੇ ਆਪਾਂ ਨੂੰ मीनिंग्स ਪਤਾ ਹੋਣੇ ਚਾਹੀਦੇ ਨੇ ਰਿਟਾਰਟ ਮਤਲਬ in reply or to say something in reply ki tusi kise nu kujh kiah te tusi us cheez nu reply kar rahe ho deport means thanu kise cheez to bahar kadya ja reha hai exorted means ज, uh, to urge something to advise something ਤੇ ਡਿਸਟਾਰਟਡ ਮੀਨਸ ਕਿਸੇ ਚੀਜ਼ ਨੂੰ ਡਿਫਾਰਮ ਕਰਨਾ ਜਾਂ ਡਿਸਟਰੋਏ ਵੀ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹੋ ਸੋ ਐਦਾ ਜਿਹੜਾ ਮੀਨਿੰਗ ਹੈਗਾ ਉਹ ਨੈਕਸਟ ਲਾਈਨ ਦੇ ਵਿੱਚ ਹੈ ਟੂ ਸੇਵ ਬਾਇ ਪਰਚੇਸਿੰਗ ਗਵਰਨਮੈਂਟ ਬਾਂਡਸ অর ਬਾਈ ਇਨਕਰੀਜ਼ਿੰਗ ਥੇਅਰ ਡਿਪੋਜ਼ਿਟਸ ਉਹ ਕਹਿੰਦੇ ਕਿ ਉਹ ਗਵਰਨਮੈਂਟ ਬਾਂਡਸ ਨੂੰ ਪਰਚੇਸ ਕਰ ਸਕਦੇ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਡਿਪੋਜ਼ਿਟਸ ਨੇ ਬੈਂਕਸ ਦੇ ਵਿੱਚ ਉਹਨਾਂ ਨੂੰ ਇਨਕਰੀਜ਼ ਕਰ ਸਕਦੇ ਨੇ ਸੋ ਥੈਟ ਅਨਸਪੈਂਡ ਮਨੀ ਵਿਲ ਨਾਟ ਬੀ ਯੂਜ਼ਡ ਫਾਰ ਇਨਕਰੀਜ਼ ਪਰਚੇਸਸ ਆਫ ਅਨਨੇਸ਼ਨ आइटम्स कि जी उन्होंने मनी हैगी वेस्ट ना हो सो so, इस लाइनिंगनिंग क्लीयर हो रहा है एग्जॉट सोनिया ऑप्शन चेक कर सकते हो फस्ट थोड़े कोजम्प्शन है फ्रॉम कंज्यूमर यू कैन गैस एयर कंजन टाइम की गल हो रही है सो इत आप यूज करेंगे विच सो इत स्टैंडरडाइज की गल हो रही है लिमिट की गल हो रही है तो स्टैंडर्डाइज वर्ड इतना यूज होगा Next is substituting and last one is the exhorted. Fourth question, fourth question again, many types of scientific evidence show that involvement in social relationships benefit health. The most striking evidence comes from perspective studies of mortality, industrialized nations. These studies show that individuals with lowest level of involvement in social relationships are more likely to die than those with greater involvement. So mortality the is paragraph they wish. This paragraph is related to the mortality. You can guess the name of the paragraph here. Next is social ties, also reduce dash risk among adults with documented medical conditions. And in the next line, isolated had a risk of subsequent cardiac death 2.4 times greater than their more socially connected dash. and in the last line, several recent review articles provide consistent and dash evidence linking a low quantity or quality of social ties with a host of conditions. now come on the first line. many types of scientific evidence show that the involvement in social relationship benefit health so first line keh rahi hai ki agar scientific scientific theory kehndi hai ki agar tusi social life de vich zyada involve ho rahe ho ta thodi health nu benefits milde ne the most striking evidence jada da evidence huga o thade kul mil rahe hai thanu from perspective study of mortality industrialized nation so mortality of industrialized beneath ਔਨ ਅਕ੍ਰੋਸ ਸੋ ਉਹਨੇ ਕਿਹਾ ਇੰਡਸਟਰੀਅਲਾਈਜ਼ ਨੇਸ਼ਨਸ ਮੀਨਸ ਇੱਕ ਨੇਸ਼ਨ ਦੀ ਗੱਲ ਨਹੀਂ ਹੋ ਰਹੀ ਹੈ ਨੇਸ਼ਨਸ ਦੀ ਗੱਲ ਹੋ ਰਹੀ ਹੈ ਸੋ ਅਗਰ ਇੱਥੇ ਮਲਟੀਪਲ ਦੀ ਗੱਲ ਹੋ ਰਹੀ ਹੈ ਇਫ देयर इज अ ਪਲੂਰਲ ਸੋ ਵਿਦ ਪਲੂਰਲ ਵੀ ਵਿਲ ਯੂਜ਼ ਅਕ੍ਰੋਸ ਅਕ੍ਰੋਸ ਇੰਡਸਟਰੀਅਲਾਈਜ਼ਡ ਨੇਸ਼ਨਸ ਨੈਕਸਟ ਉਹਨੇ ਕਿਹਾ ਥੀਸ ਸਟੱਡੀਜ਼ ਸ਼ੋ ਥੈਟ ਇਹ ਜਿਹੜੀਆਂ ਸਟੱਡੀਜ਼ ਨੇ ਇਹ ਸ਼ੋ ਕਰਦੀਆਂ ਨੇ importantly, consistently, competently, inadvertently. so these studies, either a answer pair, either several recent review articles provide consistent. so here it is, consistently, because all the words with the ly, so we use here consistently. without going in the depth, you can easily guess the answer if you are reading the paragraph very,

peers careers pioneers so pioneers ਦੀ ਅਗਰ ਆਪਾਂ ਗੱਲ ਕਰੀਏ pioneers means ਜੋ ਡਿਫਰੈਂਟਲੀ ਹੋ ਰਿਹਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੋ ਉਸ ਚੀਜ਼ ਨੂੰ ਆਪਾਂ ਪਾਇਨੀਅਰ ਦੀ ਗੱਲ ਕਰ ਰਹੇ ਹਾਂ ਬਟ ਅਗਰ ਆਪਾਂ ਸੋਸ਼ੀਅਲੀ ਕਨੈਕਟਡ ਦੀ ਗੱਲ ਕਰ ਰਹੀ ਹਾਂ ਮੋਰਟੈਲਿਟੀ ਦੀ ਗੱਲ ਕਰ ਰਹੇ ਹਾਂ ਸੋ ਜਿਹੜੇ ਸੋਸ਼ੀਅਲੀ ਕਨੈਕਟਡ ਹੋਣਗੇ ਉਹ ਆਪਣੇ ਨਾਲ ਕੀ ਹੋਣਗੇ peers ਸੋ ਇੱਥੇ ਕੀ ਆਏਗਾ peers ਇਨ ਦੀ ਲਾਸਟ ਲਾਈਨ conditions as well as biological markers indicating risk of preclinical conditions several recent review articles provide consistent and dash evidence this spelling compelling propelling and impelling compelling means ਜਿਹੜਾ ਬਹੁਤ ਹੀ ਜ਼ਰੂਰੀ ਹੁੰਦਾ ਉਹਨੂੰ ਆਪਾਂ ਯੂਜ਼ ਕਰਦੇ ਆ ਕੰਪੈਲਿੰਗ this spelling means disappear ਹੋਣਾ propelling ਵੀ ਨਹੀਂ ਇੱਥੇ ਆਏਗਾ so ਇੱਥੇ ਤੁਹਾਨੂੰ एविडेंस तो ही पता लग रहा है लिंकिंग अ लो क्वांटिटी और क्वालिटी ऑफ सोशल टाइज विद द होस्ट ऑफ कंडीशन सो एविडेंस इज अ कंपेलिंग जरूरी सो आंसर्स आर एक्रॉस कंसिस्टेंटली mortality peers एंड लास्ट वन इज द कंपेलिंग दिस इज द लास्ट क्वेश्चन इन सिलिकॉन वैली टू मेक अ डिवाइस डिवाइस स्मार्ट मींस टू ऐड इंटरनेट allowing it to collect, send and receive data, often while learning and dash to user preferences, the technology industry has invested wholesale in the idea that smart means better. now, municipalities around the world have dash smart infrastructure like this, but it might be the most dash. now the project with this, the vision document imagines are not only the revitalizations of 12 acre plot that has set largely vacant since its heyday as an industrial port but its transformation into a micro city with smart technologies now in silicon valley to make a device smart means to add internet conductivity connectivity objectivity originality so answer here it is connectivity because add internet from ad word you can easily guess connectivity now next while learning and dash. adapted adaptation adapt and adapting adapting means ਤੁਸੀਂ ਕਿਸੇ ਚੀਜ਼ ਨੂੰ ਅਡਾਪਟ ਕਰ ਰਹੇ ਹੋ ਆਪਣੀ ਲਾਈਫ ਦੇ ਵਿੱਚ ਇੱਥੇ ਸਾਰੇ ਹੀ ਜਿਹੜੇ ਵਰਡਸ ਨੇ ਉਹਨਾਂ ਦਾ मीनिंग ਅਡਾਪਟ ਹੀ ਹੈ ਬਟ ਇੱਥੇ ਕੀ ਹੈ ਆਈ ਐਨ ਜੀ ਸੋ ਆਪਾਂ ਇੱਥੇ ਕੀ ਯੂਜ਼ ਕਰਾਂਗੇ ਆਈ ਐਨ ਜੀ ਲਰਨਿੰਗ ਐਂਡ ਅਡਾਪਟਿੰਗ ਨੈਕਸਟ ਇਜ਼ ਅਰਾਊਂਡ ਦੀ ਵਰਲਡ ਹੈਵ ਐਸੋਸੀਏਟਿਡ ਅਸਾਈਂਡ ਅਡਹਿਰਡ ਐਂਡ Adopted. So from have, you can easily guess there is a third form of verb. So if agar to see words, they ta the meaning be almost similar Associated, assigned. ਅਡਹੇਅਰਡ ਜਾਂ ਅਡਾਪਟਿਡ ਬਟ ਇੱਥੇ ਉਹਨੇ ਗੱਲ ਕੀਤੀ ਹੈ ਸਮਾਰਟ ਇਨਫਰਾਸਟ੍ਰਕਚਰ ਲਾਈਕ ਆਰਟੀਫੀਸ਼ੀਅਲ ਇੰਟੈਲੀਜੈਂਸ ਇਨੇਬਲ ਟ੍ਰੈਫਿਕ ਲਾਈਟਸ ਜਿਹਦੇ ਵਿੱਚ ਕੀ ਹੋਏਗਾ ਏਆਈ ਸਿਸਟਮ ਹੋਏਗਾ ਤੇ ਟ੍ਰੈਫਿਕ ਲਾਈਟਸ ਇਨੇਬਲ ਹੋਣਗੀਆਂ ਏਆਈ ਦੇ ਨਾਲ ਸੋ ਇੱਥੇ ਕੀ ਹੋਏਗਾ ਕਿ ਉਹ ਇਸ ਚੀਜ਼ ਨੂੰ ਕੀ ਕਰੇਗਾ ਅਡਾਪਟ ਕਰੇਗਾ ਸੋ ਤੁਸੀਂ ਈਜ਼ਲੀ ਮਤਲਬ ਗੈਸ ਕਰਨਾ ਇਹਦਾ ਆਨਸਰ ਬਿਕੋਜ਼ ਇੱਥੇ ਅਗਰ ਤੁਸੀਂ ਗੱਲ ਕਰੋ ਤਾਂ ਐਡਹੇਅਰ ਮਤਲਬ ਹੁੰਦਾ ਤੁਸੀਂ ਉਸ ਚੀਜ਼ ਨੂੰ ਫੋਲੋ ਕਰ ਰਹੇ ਹੋ ਅਸਾਈਨ ਮਤਲਬ ਤੁਸੀਂ ਉਹ ਚੀਜ਼ ਤੁਹਾਨੂੰ ਅਸਾਈਨ ਹੋਈ ਹੈ ਐਸੋਸੀਏਟ ਤੁਸੀਂ ਉਸ ਬੰਦੇ ਦੇ ਨਾਲ ਜਾਂ ਉਸ ਕੰਮ ਦੇ ਨਾਲ ਅਸੋਸੀਏਟਡ ਸੋ ਇੱਥੇ ਆਪਾਂ ਯੂਜ਼ ਕਰਾਂਗੇ ਅਡਾਪਟਡ ਨਾਓ ਬਟ ਇਟ ਮਾਈਟ ਬੀ ਦੀ ਮੋਸਟ ਡੈਸ਼ ਮੋਸਟ ਮੀਨਸ ਐਂਬੀਐਂਟ ਐਮਬੂਲੈਂਟ ਐਮਬਿਗੁਇਸ਼ ਜਾਂ ਐਂਬੀਸ਼ੀਅਸ ਸੋ ਇਹ ਤੁਹਾਡਾ ਇੱਕ ਐਂਬੀਸ਼ਨ ਹੋ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸਟਰਕਚਰ ਹੈਗਾ ਉਹਨੂੰ ਡਿਵੈਲਪ ਕਰਨਾ ਹੈ ਸੋ ਇੱਥੇ ਕਿਹੜਾ ਵਰਡ ਆਏਗਾ ਤੁਹਾਡੇ ਕੋਲ ਐਂਬੀਸ਼ੀਅਸ ਨਾਓ the vision document imagines not only this and but its transformation into a micro-city with

होएगा चाहे ट्रैफिक कंजेशन तो लेके हेल्थ केयर तक हाउसिंग तक फिर ज़ोनिंग फिर रेगुलेशन फिर ग्रीन हाउस गैस मिशर्स मींस ओ सारीयां चीज़ें होन गया सो आपा इथे वर्ड यूज़ करंगे आउटफिटेड सो फर्स्ट इज कनेक्टिविटी देन नेक्स्ट वन इज अडॉप्टिंग अडॉप्टेड एंबिशियस आउटफिटेड फ्रॉम ऐड वर्ड यू कैन इजीली गेस कनेक्टिविटी आई एन जी आई एन जी चेक द रिजल्ट सो दिस इज द रिजल्ट सो मेरा जोड़ा एम सगा कि अगर थोड़ा सिक्सटी ओवरऑल की रिक्वायरमेंट है या सिक्सटी फाइव की रिक्वायरमेंट है सो so दो तीन जोड़े आंसर ने बलैक्स ही गिवन होंगे ने so, सो इस चीज़ का ध्यान रखना फर्स्ट है सैंपल इंस्ट्रक्शन आइडेंटिफाइड फेवर्ड Ustobasiga distinguished existence sizable decay indicates. Check your answers. Next is consumption which standardized substituting exhorted. Next is across consistently mortality peers compelling. Connectivity adapting, adopted, ambitious, outfitted. ਸੋ ਅੱਜ ਦੀ ਵੀਡੀਓ ਲਈ ਸਿਰਫ ਐਨਆਈ ਸੀਗਾ ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਟੌਪਿਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਆਨਲਾਈਨ ਤੇ ਆਫਲਾਈਨ ਕਲਾਸਿਸ ਲਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 기ਵਨ ਹੈਗਾ ਕੈਪਸ਼ਨ ਦੇ ਵਿੱਚ ਵੀ 기ਵਨ ਹੈਗਾ ਸੋ ਇਨਰ ਵੀਡੀਓਸ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਲਾਈਕ ਕਰਨਾ ਵੀ ਨਹੀਂ ਭੁੱਲਣਾ ਸੋ ਹਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ